ਤਜਰਬੇ ਬਣਾਇਆ ਸੀ। ਹਾਂਜੀ ਮੈਂ ਗੱਲ ਕਰ ਰਿਹਾ ਸੁਹੇਬ, ਤੁਹਾਡਾ ਨਾਮ ਹੈ ਸੁਹੇਬ? ਮੇਰਾ ਨਾਮ ਸਰ ਸੁਹੇਲ ਹੈ, ਮੇਰਾ ਬ੍ਰਦਰ ਹੈਗਾ ਛੋਟਾ, ਉਹਦਾ ਨਾਮ ਹੈ ਸ਼ੁਹੇਬ। ਉਹਦਾ ਨਾਮ ਹੈ ਸ਼ੁਹੇਬ। ਦੱਸੋ ਆਪਣੀ ਕੀ ਸਮੱਸਿਆ ਕੀ ਹੈ, ਕਾਨੂੰਨੀ ਸਮੱਸਿਆ, ਉਹਦੇ ਬਾਰੇ ਗੱਲ ਕਰਾਂਗੇ ਪਰ ਦੱਸੋ। ਸਰ ਸਮੱਸਿਆ ਇਹ ਹੈ, ਮੇਰਾ ਬ੍ਰਦਰ ਦੀ ਅੰਗੇਜਮੈਂਟ ਹੋਈ ਹੈ ਤੇ ਉਹ ਲੜਕੀ ਨੇ ਹੁਣੇ ਪਲੱਸ ਟੂ ਮੈਡੀਕਲ ਕੀਤਾ ਤੇ ਉਹਨੂੰ ਅਸੀਂ ਕੈਨੇਡਾ ਬੀ ਐਸ ਸੀ ਨਰਸਿੰਗ ਦੀ ਡਿਗਰੀ ਕਰਨ ਭੇਜਣਾ, ਕੁੜੀ ਨੂੰ। ਕੁੜੀ ਨੂੰ, ਹਾਂਜੀ। ਅੱਛਾ, ਤੇ ਮੇਰੇ ਬ੍ਰਦਰ ਨੇ ਸਰ ਆਈ ਟੀ ਆਈ ਕੀਤੀ ਹੋਈ ਹੈ 2012 ਚ, ਫਿਰ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ, 4 ਸਾਲ ਦਾ ਉਹਦਾ ਵਰਕ ਐਕਸਪੀਰੀਅੰਸ ਆ ਤੇ ਰਾਈਟ ਨਾ ਉਹ ਕੁਵੈਤ ਦੇ ਵਿੱਚ ਐਜ਼ ਏ ਮਕੈਨਿਕ ਕੰਮ ਕਰ ਰਿਹਾ। ਤੇ ਹੁਣ ਪ੍ਰੋਬਲਮ ਇਹ ਆ ਸਰ ਵੀ ਉਹਦੀ ਮੈਰਿਜ ਜਿਹੜੀ ਕਰਨੀ ਆ ਉਹ ਵੀਜ਼ਾ ਲੱਗਣ ਤੋਂ ਪਹਿਲਾਂ ਕਰੀਏ ਜਾਂ ਬਾਅਦ ਚੋਂ ਕਰਨੀ ਚਾਹੀਦੀ ਆ? ਸਰ ਜੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਇਹ ਸਾਰੀ ਦੁਨੀਆ ਨੂੰ ਪਤਾ ਹੈ ਅਤੇ ਤੁਹਾਨੂੰ ਵੀ ਪਤਾ ਹੈ ਕਿ ਵੀਜ਼ਾ ਆਫੀਸਰ ਜਿੰਨੀ ਵੀ ਇਹ ਮੈਰਿਜ ਹੁੰਦੀ ਹੈ, ਜਿਹੜੇ ਸਟੂਡੈਂਟ ਅਤੇ ਸਟੂਡੈਂਟ ਦੀ ਸਪਾਊਸ ਨਾਲ ਮੈਰਿਜ ਹੁੰਦੇ ਆ, ਇਹਨੂੰ ਸ਼ੱਕ ਭਰੀ ਨਿਗਾਹ ਨਾਲ ਦੇਖਦੇ ਆ ਕਿ ਵੀ ਇਹ ਕੈਨੇਡਾ ਜਾਣ ਲਈ ਇਹ ਮੈਰਿਜ ਕਰਾ ਰਹੇ। ਮੇਰੇ ਨਾਲ ਸਹਿਮਤ ਹੋ? ਹਾਂਜੀ ਬਿਲਕੁਲ। ਆਵਾਜ਼ ਤੁਹਾਡੀ ਕੱਟ ਰਹੀ ਹੈ ਸ਼ਾਇਦ, ਪਤਾ ਨਹੀਂ ਕੀ ਪ੍ਰੋਬਲਮ, ਕੱਟ ਰਹੀ ਹੈ ਆਵਾਜ਼ ਬਾਰ ਬਾਰ। ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਠੀਕ ਹੈ। ਸੋ ਇਸ ਕਰਕੇ ਜੇ ਤਾਂ ਵੀਜ਼ਾ ਦੇ ਬਾਅਦ ਕਰਾਓਗੇ ਤਾਂ 100% 'ਤੇ ਸ਼ੱਕ ਉਹਨਾਂ ਦਾ ਗਹਿਰਾ ਹੋ ਜਾਏਗਾ ਕਿ ਵੀ ਹਾਂ ਇਹਨਾਂ ਨੇ ਕੁੜੀ ਦਾ ਵੀਜ਼ਾ ਲੱਗਿਆ ਅਤੇ ਹੁਣ ਵਿਆਹ ਕਰਕੇ ਮੁੰਡਾ ਚੱਲਿਆ। ਇਸ ਤੋਂ ਬੈਟਰ ਇਹ ਕਿ ਤੁਸੀਂ ਜਿੰਨਾ ਛੇਤੀ ਤੁਸੀਂ ਪਹਿਲਾਂ ਉਹ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਵੀ ਵਿਆਹ ਕਰਾਓਗੇ, ਜਿੰਨਾ ਮੈਰਿਜ ਰਿਲੇਸ਼ਨਸ਼ਿਪ ਅਗਰ ਸਾਫ਼ ਹੈ, ਜੇ ਲੰਬਾ ਮੈਰਿਜ ਰਿਲੇਸ਼ਨਸ਼ਿਪ ਹੈ, ਉਹ ਇੱਕ ਤੁਹਾਡੇ ਵੀਜ਼ਾ ਪ੍ਰੋਸੈਸ ਲਈ ਇੱਕ ਉਹਦੇ ਲਈ ਬੈਨੀਫਿਟ ਮਿਲੇਗਾ ਉਹਨੂੰ। ਤੁਹਾਡੇ ਵੱਡੇ ਸਵਾਲ ਦਾ ਛੋਟਾ ਜਿਹਾ ਆਨਸਰ। ਓਕੇ ਸਰ, ਮੇਰੇ ਬ੍ਰਦਰ ਲੜਕੀ ਤੋਂ ਲਾਈਕ 5 ਈਅਰਸ ਵੱਡਾ ਮੇਰਾ ਬ੍ਰਦਰ, ਤੇ ਲੜਕੀ ਦੀ ਏਜ ਹੈਗੀ ਲਾਈਕ 18, ਉਹਦੀ ਹੈਗੀ 23 ਜਾਂ 24 ਹੈ ਅਪਰੋਕਸੀਮੇਟਲੀ। ਓਕੇ, ਤੇ ਮੈਂ ਮਤਲਬ ਜਿਵੇਂ ਜੁਲਾਈ ਦੇ ਵਿੱਚ ਉਹਨਾਂ ਦੀ ਕਰ ਦਿੰਦੇ ਹਾਂ ਆਪਾਂ, ਠੀਕ ਹੈ, ਤੇ ਉਸ ਤੋਂ ਬਾਅਦ ਲੜਕੀ ਦਾ ਪਾਸਪੋਰਟ ਬਣਵਾਉਣੇ ਆ, ਉਸ ਤੋਂ ਬਾਅਦ ਲੜਕੀ ਦੀ ਆਇਲਸ ਕਰਵਾਉਣੇ ਆ, ਤੇ ਜਨਵਰੀ ਇਨਟੇਕ ਦੇ ਵਿੱਚ ਅਗਰ ਲਾਣੇ ਆ ਉਹਨਾਂ ਦਾ ਓਪਨ ਸਪਾਊਸ ਪਰਮਿਟ ਵਾਲਾ ਤਾਂ ਹੋ ਸਕਦਾ, ਮਤਲਬ ਪੋਸੀਬਿਲਿਟੀ, ਕਿਉਂਕਿ ਇੱਧਰ ਕੈਨੇਡਾ 'ਚ ਇਲੈਕਸ਼ਨ ਵੀ ਆ ਰਹੇ ਨੇ ਤੇ ਇਲੈਕਸ਼ਨ ਕਰਕੇ ਮੇਬੀ ਕੋਈ ਸਟੂਡੈਂਟ ਪਾਲਿਸੀ ਨੇ ਚੇਂਜ ਹੋ ਜਾਵੇ। ਸਰ ਜੀ ਤੁਸੀਂ ਪੰਜਾਬ ਬੈਠੇ ਬੈਠੇ ਬੜਾ ਤੁਸੀਂ ਫੋਲੋ ਕਰ ਰਹੇ ਹੋ ਕੈਨੇਡਾ ਦੇ ਇਲੈਕਸ਼ਨ ਨੂੰ। ਆਪਣੇ ਕੰਟਰੀ ਦੇ ਭਾਜਪਾ ਤੇ ਕਾਂਗਰਸ ਦੇ ਇਲੈਕਸ਼ਨ ਨੂੰ ਜ਼ਿਆਦਾ ਫੋਲੋ ਨਹੀਂ ਕਰ ਰਹੇ, ਤੁਸੀਂ ਕੈਨੇਡਾ ਦੀ ਇਲੈਕਸ਼ਨ ਨੂੰ ਜ਼ਿਆਦਾ ਦੇਖ ਰਹੇ ਹੋ, ਹੈ ਕਿਆ ਬਾਤ ਹੈ। ਉਹ ਡਿਫਰੈਂਟ ਆ ਸਰ, ਇਹ ਵੀ ਜ਼ਰੂਰੀ ਹੈ, ਜਸਟਿਨ ਟਰੂਡੋ ਦਾ ਜਿੱਤਣਾ ਵੀ ਬਹੁਤ ਜ਼ਰੂਰੀ ਹੈ। ਇਹ ਵੀ ਜ਼ਰੂਰੀ ਹੈ। ਦੇਖੋ ਇਸ ਤਰ੍ਹਾਂ ਹੈ, ਭਾਵੇਂ ਉਹ ਏਜ ਦਾ ਡਿਫਰੈਂਸ ਹੈ ਜਾਂ ਨਹੀਂ ਹੈ, ਜਾਂ ਕਈ ਵਾਰ ਸਟੇਟਸ ਦਾ ਵੀ ਫਰਕ ਹੁੰਦਾ ਹੈ, ਕਈ ਵਾਰ ਜਾਤ ਹੁੰਦੀ ਹੈ, ਕਾਸਟ ਸਿਸਟਮ ਹੈ ਇੰਡੀਆ, ਕਈ ਵਾਰ ਰਿਲੀਜਨ ਦਾ ਫਰਕ ਹੈ, ਇਹ ਸਾਰੇ ਫਰਕ ਭਾਵੇਂ ਹੋ ਨਾ ਹੋ, ਉਹ ਇਹ ਸਾਰੇ ਪਹਿਲੂ ਜਿਹੜੇ ਨਾ ਬਹੁਤ ਛੋਟੇ ਹੈ ਇਨ ਕੰਪੈਰੀਜ਼ਨ ਟੂ ਜਿਹੜਾ ਅਸਲੀ ਚੀਜ਼ ਦੇਖਣੀ ਹੈ। ਅਸਲੀ ਚੀਜ਼ ਜਿਹੜੇ ਵੀਜ਼ਾ ਆਫਿਸਰ ਨੇ ਦੇਖਣੀ ਹੈ ਕਿ ਦੋਨਾਂ ਦਾ ਵਿਆਹ ਕਿਹੜੇ ਕਿਹੜੇ ਹਾਲਾਤਾਂ 'ਚ ਹੋਇਆ, ਕਿਉਂ ਹੋਇਆ, ਇਹਨਾਂ ਦੀ ਇੰਟੈਂਸ਼ਨ ਕੀ ਸੀ ਮੈਰਿਜ ਕਰਨ ਲਈ, ਅਤੇ ਮੈਰਿਜ ਹੋਣ ਦੇ ਬਾਅਦ ਇਹ ਇਕੱਠੇ ਕਿੰਨਾ ਚਿਰ ਰਹੇ ਹੈ, ਇਹਨਾਂ ਦੀ ਫੋਟੋਆਂ 'ਚ ਕੀ ਸ਼ੋਅ ਕਰ ਰਿਹਾ, ਆਪਸ 'ਚ ਇਹਨਾਂ ਦਾ ਇੱਕ ਕਮਿਟਮੈਂਟ ਸ਼ੋਅ ਕਰ ਰਹੀ ਹੈ, ਜਿਹੜੇ ਕਾਨੂੰਨੀ ਕਾਗਜ਼ ਹੈ ਜਿਹੜੇ ਉਹਨਾਂ ਦੇ ਵਿੱਚ ਇੱਕ ਨਾਮ ਇਹਨਾਂ ਦਾ ਇਕੱਠਾ ਸ਼ੋਅ ਕਰ ਰਿਹਾ, ਵਗੈਰਾ ਵਗੈਰਾ, ਕਾਫੀ ਲੰਬੀ ਲਿਸਟ ਹੈ, ਇਹ ਸਾਰੇ ਉਹ ਚੈੱਕ ਕਰਕੇ ਇੱਕ ਡਿਸੀਜਨ ਇੱਕ ਮਨ 'ਚ ਕਰਦੇ ਹੈ ਕਿ ਵੀ ਇਹਨਾਂ ਦੀ ਵਾਕਈ ਮੈਰਿਜ ਦੀ ਜੈਨੂਇਨਨੈਸ, ਜਿਹੜਾ ਇੰਟੈਂਸ਼ਨ ਹੈ, ਜੈਨੂਇਨਨੈਸ ਸ਼ੋਅ ਹੋ ਰਹੀ ਹੈ ਨਹੀਂ, ਇਹ ਡਿਸਾਈਡ ਕਰਦੇ ਹੈ, ਫਿਰ ਜਾ ਕੇ ਫਿਰ ਉਹ ਹਸਬੈਂਡ ਨੂੰ ਵੀਜ਼ਾ ਦੇਣਗੇ। ਉਹਦੇ ਲਈ ਤੁਸੀਂ ਜਿੰਨਾ ਚਿਰ ਪਹਿਲਾਂ ਤੁਸੀਂ ਕਰ ਦਿਓਗੇ ਤੁਹਾਡੇ ਲਈ ਫਾਇਦੇਮੰਦ ਹੋਏਗਾ, ਮੈਂ ਇੰਨਾ ਹੀ ਕਹਿ ਸਕਦਾ। ਬਾਕੀ ਕਿ ਜੋ ਵੀ ਤੁਸੀਂ ਕਰ ਰਹੇ ਹੋ ਹਰੇਕ ਚੀਜ਼ ਦਾ ਇੱਕ ਸਬੂਤ ਰੱਖੋ, ਹਰੇਕ ਚੀਜ਼ ਦੀ ਫੋਟੋਆਂ ਰੱਖੋ, ਹਰੇਕ ਚੀਜ਼ ਦੇ ਇੱਕ ਕਾਨੂੰਨੀ ਜਿਹੜੇ ਜਿੱਥੇ ਵੀ ਅਦਾਰੇ ਆ ਉੱਥੇ ਉਹਨਾਂ ਨੂੰ ਇਨਰੋਲਮੈਂਟ ਕਰਾਓ, ਰਜਿਸਟ੍ਰੇਸ਼ਨ ਕਰਾਓ, ਇਹ ਸਾਰੇ ਡਾਕੂਮੈਂਟਸ ਤੁਹਾਨੂੰ
ਗਾਹ ਜਾ ਕੇ ਤੁਹਾਡੇ ਲਈ ਫਾਇਦੇਮੰਦ ਹੋਣਗੇ ਕਿਉਂਕਿ ਸਾਰੇ ਤੁਸੀਂ ਪੇਸ਼ ਕਰਨੇ। ਆਵਾਜ਼ ਆ ਰਹੀ ਹੈ ਸ਼ੋਏਬ? ਆਵਾਜ਼ ਫਿਰ ਕੱਟੀ ਲੱਗ ਹਾਂ ਜੀ, ਰਹੀ। ਹਾਂ ਜੀ, ਬਿਲਕੁਲ ਸਰ, ਆਵਾਜ਼ ਆ ਰਹੀ ਹੈ ਮੈਨੂੰ ਤੁਹਾਡੀ। ਓਕੇ ਨਹੀਂ, ਓਕੇ, ਮੈਨੂੰ ਸਰ ਆਵਾਜ਼ ਆ ਰਹੀ ਹੈ ਤੁਹਾਡੀ, ਮੈਨੂੰ ਆਵਾਜ਼ ਕਲੀਅਰ ਆ ਰਹੀ ਹੈ। ਗੁੱਡ ਗੁੱਡ, ਥੈਂਕ ਯੂ, ਗੁੱਡ। ਹੋਰ ਕੋਈ ਸਵਾਲ? ਸਰ ਜੀ, ਜਿਵੇਂ ਮੇਰਾ ਆਪਣਾ ਬ੍ਰਦਰ ਦਾ ਵਰਕ ਪਰਮਿਟ ਲੱਗਿਆ ਹੋਇਆ ਟਰੱਕ ਡਰਾਈਵਰ ਦਾ ਕੁਵੈਤ, ਪਰ ਉਹ ਕੰਮ ਉੱਥੇ ਐਜ਼ ਅ ਮਕੈਨਿਕ ਕਰ ਰਿਹਾ, ਜਿਹੜਾ ਸ਼ੇਖ ਨੇ ਉਹਨੂੰ ਮਤਲਬ ਵਰਕ ਪਰਮਿਟ ਦੂਸਰਾ ਦਿੱਤਾ ਸੀ, ਕੰਮ ਐਜ਼ ਅ ਮਕੈਨਿਕ ਆ, ਓਕੇ। ਉਹਦਾ ਕੋਈ ਇਸ਼ੂ ਤਾਂ ਨਹੀਂ ਬਣਦਾ ਕੋਈ ਪ੍ਰੀਵੀਅਸ ਉਹਦੇ ਵਰਕ ਪਰਮਿਟ ਹਿਸਟਰੀ ਦੀ? ਨਹੀਂ ਨਹੀਂ, ਓਪਨ ਓਕੇ, ਤੇ ਇੱਕ ਸਾਰਾ ਅਸੀਂ ਜਿਹੜੇ ਪ੍ਰੋਸੈਸਿੰਗ ਕਰਵਾਉਣੀ ਹੈ ਨਾ, ਥਰੂ ਕਰਾਉਣੀ ਹੈ, ਵੀ ਲਾਈਕ ਤੁਸੀਂ ਕਰਦੇ ਰਹੋ, ਜੋ ਤੁਹਾਡੀ ਫੀਸ ਹੈ ਉਹ ਮੈਨੂੰ ਦੱਸ ਦਿਓ, ਡਿਸਕਲੋਜ਼ ਕਰ ਦਿਓ, ਆਪਾਂ ਦੇਖ ਲਾਂਗੇ, ਹਨਾ, ਵੀ ਤੁਹਾਡੇ ਥਰੂ ਜਨਰਲ ਕੰਸਲਟੈਂਟ ਦੇ ਕਰਵਾਉਣਾ, ਇੱਥੋਂ ਇੰਡੀਆ ਤੋਂ ਹੀ ਕਰਵਾਉਣਾ ਕੇਸ। ਚਲੋ ਪਹਿਲਾਂ ਤੁਸੀਂ ਉਹਦੇ ਬਾਰੇ ਆਪਾਂ ਫਿਰ ਠਹਿਰ ਕੇ ਡਿਸਕਸ਼ਨ ਕਰਾਂਗੇ, ਪਹਿਲਾਂ ਤੁਸੀਂ ਮੈਰਿਜ ਕਰੋ। ਮੈਰਿਜ ਕਰਨ ਦੇ ਬਾਅਦ ਸਾਰੇ ਆਪਣੇ ਡਾਕੂਮੈਂਟਸ ਵਾਲਾ ਆਪਣੇ ਇਕੱਠੇ ਕਰੋ, ਅਤੇ ਫਿਰ ਆਪਾਂ ਕਰਾਂਗੇ। ਇਸ ਵਕਤ 'ਤੇ ਤੁਹਾਡੇ ਜਿਹੜੇ ਮੈਂ ਬੇਸਿਕ ਸਵਾਲਾਂ ਦੇ ਜਵਾਬ ਮੈਂ ਦੇ ਰਿਹਾ ਤੁਹਾਨੂੰ, ਕਿ ਜੀ ਜੀ ਇੱਕ ਜਿਹੜਾ ਤੁਸੀਂ ਵਰਕ ਪਰਮਿਟ ਦੇ ਬਾਰੇ ਪੁੱਛਿਆ ਜਿਹੜਾ ਮਿਡਲ ਈਸਟ ਵਾਲਾ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਪਾਊਸ ਵੀਜ਼ਾ ਲਈ, ਭਾਵੇਂ ਉਹ ਮਕੈਨਿਕ ਕਰ ਰਿਹਾ ਹੈ ਜਾਂ ਇੰਜੀਨੀਅਰ ਕਰ ਰਿਹਾ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੈਨੇਡਾ ਨੂੰ, ਕਿਉਂਕਿ ਉਹ ਐਜ਼ ਅ ਹਸਬੈਂਡ ਜਾ ਰਿਹਾ, ਨਾ ਕਿ ਐਜ਼ ਅ ਟੈਕਨੀਕਲ ਕੋਈ ਹੈਂਡ। ਅਗਰ ਮਤਲਬ ਮੈਰਿਜ ਕੇ ਦੁਬਾਰੇ ਚਲਾ ਜਾਂਦਾ ਕੁਵੈਤ, ਮਿਡਲ ਈਸਟ ਦੁਬਾਰੇ ਚਲਾ ਜਾਂਦਾ, ਵੀ ਮਤਲਬ 6-7 ਮਹੀਨੇ ਬਾਅਦ ਲੜਕੀ ਦਾ ਕੈਨੇਡਾ ਦਾ ਵੀਜ਼ਾ ਲੱਗਦਾ, ਕੋਈ ਤਾਂ ਨਹੀਂ ਹੈਗਾ ਦੁਬਾਰੇ ਆ ਕੇ ਫਿਰ ਚਲਾ ਜਾਵੇ, ਵੀ ਮਤਲਬ ਮੈਰਿਜ ਕਰਨ ਤੋਂ ਬਾਅਦ ਦੁਬਾਰੇ ਫਿਰ ਚਲਾ ਜਾਵੇ? ਮੈਰਿਜ ਕਰਾ ਕੇ ਜਿੱਥੇ ਮਰਜ਼ੀ ਜਾਣਾ ਜਾਏ, ਭਾਵੇਂ ਕੁਵੈਤ ਜਾਏ ਜਾਂ ਤਿੰਬਕਤੂ ਜਾਏ, ਅਫਰੀਕਾ ਜਾਏ, ਜਿੱਥੇ ਮਰਜ਼ੀ ਜਾਏ, ਕੈਨੇਡਾ ਨੂੰ ਕੋਈ ਮਤਲਬ ਨਹੀਂ ਉਹਦੇ ਨਾਲ। ਕੈਨੇਡਾ ਨੇ ਸਿਰਫ ਇਹ ਦੇਖਣਾ ਹੈ ਕਿ ਮੈਰਿਜ ਦੇ ਬਾਅਦ, ਵਿਆਹ ਦੇ ਬਾਅਦ ਹਸਬੈਂਡ ਵਾਈਫ ਦੀ ਕਮਿਟਮੈਂਟ ਕਿੱਦਾਂ ਸ਼ੋ ਹੋ ਰਹੀ ਹੈ, ਹਸਬੈਂਡ ਵਾਈਫ ਇਕੱਠੇ ਵੀ ਰਹੇ ਹੈ ਕਿ ਨਹੀਂ ਹੈ। ਜੇ ਤੁਸੀਂ, ਕਈ ਵਾਰ ਮੈਂ ਦੇਖ ਕਰ ਹੱਸਦਾ ਹੁੰਦਾ ਕਿ ਵੀ ਹਸਬੈਂਡ ਵਾਈਫ ਨੇ ਮੈਰਿਜ ਕੀਤੀ ਹੈ ਅਤੇ ਕੁੜੀ ਹਫ਼ਤੇ ਬਾਅਦ ਹੀ ਮੁੜ ਕੇ ਚਲੀ ਗਈ ਕੈਨੇਡਾ ਨੂੰ ਚਲੀ ਗਈ, ਠੀਕ ਹੈ ਨਾ। ਇਹ ਵੀ ਵੀਜ਼ਾ ਅਫਸਰ ਦੇਖਦੇ ਆ ਕਿ ਵੀ ਤੁਹਾਡਾ ਜਿਹੜਾ ਕੋਈ ਮੈਰਿਜ ਰਿਲੇਸ਼ਨਸ਼ਿਪ ਬਣਿਆ ਹੀ ਨਹੀਂ, ਤੁਸੀਂ ਹਫ਼ਤੇ ਬਾਅਦ ਤੇ ਮੁੜ ਗਈ, ਉਹਨਾਂ ਨੇ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਸੀ ਜੀ, ਪੈਸਾ ਨਹੀਂ ਸੀ ਜੀ, ਪੜ੍ਹਾਈ ਦਾ ਨੁਕਸਾਨ ਹੋ ਗਿਆ ਜੀ, ਚਲੀ ਗਈ, ਅਤੇ ਵੀਜ਼ਾ ਅਫਸਰ ਨੇ ਕਿਹਾ ਵੀ ਜਾਣਾ ਹੈ ਤਾਂ ਜਾਣ ਦਿਓ, ਅਸੀਂ ਵੀ, ਤੁਸੀਂ ਵੀ ਇੱਥੇ ਹੀ ਬੈਠੋ, ਫਿਰ ਉਹਦਾ ਨੁਕਸਾਨ ਨਾ ਹੋ ਜਾਏ। ਹਸਬੈਂਡ ਵਾਈਫ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਐਜ਼ ਮਚ ਐਜ਼ ਪਾਸਿਬਲ, ਇਹੀ ਮੇਰੀ ਸਲਾਹ ਹੈ ਤੁਹਾਨੂੰ ਦੋਨਾਂ, ਉਹਨਾਂ ਨੂੰ, ਹਸਬੈਂਡ ਵਾਈਫ ਨੂੰ, ਕਿ ਮੈਂ ਸਮਝਦਾ ਕਿ ਐਟਲੀਸਟ 5-6 ਮਹੀਨੇ ਅਗਰ ਜੇ ਹਸਬੈਂਡ ਵਾਈਫ ਇਕੱਠੇ ਰਹਿਣਗੇ, ਇੱਕੋ ਹੀ ਘਰ ਦੇ ਵਿੱਚ ਰਹਿਣਗੇ ਇਕੱਠੇ ਐਜ਼ ਅ ਕਪਲ, ਸੋ ਉਹ ਇੱਕ ਬਹੁਤ ਹੀ ਪੋਜ਼ਿਟਿਵ ਫੈਕਟਰ ਹੈ ਸਪਾਊਸ ਵੀਜ਼ਾ ਲਈ। ਜਿਹੜੇ ਕੇਸਾਂ ਵਿੱਚ ਅਗਰ ਕੋਹੈਬੀਟੇਸ਼ਨ, ਜਿਹਨੂੰ ਕਹਿੰਦੇ ਹੈ ਲੀਗਲ ਟਰਮ ਹੈ ਕੋਹੈਬੀਟੇਸ਼ਨ, ਜਿਹਦੇ ਵਿੱਚ ਅਗਰ ਜੇ ਇਕੱਠੇ ਨਹੀਂ ਰਹਿੰਦੇ ਹਸਬੈਂਡ ਵਾਈਫ ਨੂੰ, ਫਿਰ ਉਹਨਾਂ 'ਤੇ ਜਿਹੜਾ ਕਾਫੀ ਹੋਰ ਬਰਡਨ ਹੁੰਦਾ ਪ੍ਰੂਵ ਕਰਨ ਲਈ, ਕਿ ਵੀ ਤੁਸੀਂ ਦੱਸੋ ਕਿ ਵੀ ਤੁਹਾਡੇ ਜਿਹੜੀ ਕਪਿਲ ਦੇ ਕੋਈ ਫੀਚਰ ਸ਼ੋ ਨਹੀਂ ਹੋ ਰਹੇ। ਓਕੇ, ਇੱਕ ਸਰ ਇਹ ਸੀ, ਜਿਵੇਂ ਲੜਕੀ +2 ਪਾਸ ਕਰਕੇ ਲਾਈਕ ਸ਼ੀ ਵਿਲ ਟਰਨਸ 18 ਦਿਸ ਜੁਲਾਈ, ਤੇ ਕੈਨੇਡੀਅਨ ਗਵਰਨਮੈਂਟ ਨੂੰ ਵੀ ਪਤਾ ਨਹੀਂ ਹੈਗੀ ਵੀ ਇੰਨੀ ਜਲਦੀ +2 ਪਾਸ ਲੜਕੀ ਦੀ, ਮਤਲਬ ਦੀ ਸ਼ਾਦੀ ਹੋ ਗਈ। ਨਹੀਂ 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 ਕੈਨੇਡੀਅਨ ਸਰਕਾਰ ਨੂੰ ਇਹ ਤਾਂ ਇਸ਼ੂ ਨਹੀਂ ਹੈਗਾ। ਨਹੀਂ 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 ਕੈਨੇਡੀਅਨ ਸਰਕਾਰ ਨੂੰ ਕੀ ਪ੍ਰੋਬਲਮ ਹੈ, ਭਾਵੇਂ ਤੁਸੀਂ 18 'ਚ ਵਿਆਹ ਕਰੋ ਚਾਹੇ 19 'ਚ ਕਰੋ, ਮੈਰਿਜ ਹੈ ਅਕੋਰਡਿੰਗ ਟੂ ਮੈਰਿਜ ਐਕਟ, ਜਿਹੜਾ ਸਾਡਾ ਕੈਨੇਡਾ ਦਾ ਮੈਰਿਜ ਐਕਟ ਹੈ, ਉਹਦੇ ਤਹਿਤ ਜੋ ਵੀ ਮੈਰਿਜ ਸਰਟੀਫਿਕੇਟ ਤੁਸੀਂ ਪੇਸ਼ ਕਰ ਰਹੇ ਹੋ, ਦੈਟ ਮਸਟ ਬੀ ਲੀਗਲੀ ਡਨ ਥਰੂ ਇੰਡੀਆ ਐਂਡ ਮਸਟ ਬੀ ਲੀਗਲੀ ਐਕਸੈਪਟਿਡ ਇਨ ਕੈਨੇਡਾ, ਬਸ ਇੰਨਾ ਹੀ ਹੈ। ਅਤੇ 18 ਸਾਲ, ਅਤੇ 18 ਸਾਲ ਇੱਕ ਲੀਗਲ ਏਜ ਹੈ, ਇੱਥੇ ਵੀ ਵਿਆਹ ਕਰ ਸਕਦੇ ਹਾਂ, ਉੱਥੇ ਵੀ ਵਿਆਹ ਕਰ ਸਕਦੇ ਹਾਂ। ਸਹੀ ਹੈ, ਸਹੀ ਹੈ। ਤੇ ਇੱਥੇ ਸਰ ਮੈਂ ਕੰਸਲਟੈਂਟ ਨੂੰ ਪੁੱਛਿਆ ਸੀ ਇੰਡੀਆ ਦੇ ਵਿੱਚ, ਪੰਜਾਬ 'ਚ, ਉਹ ਕਹਿੰਦੇ ਵੀ ਪਹਿਲਾਂ ਤੁਸੀਂ ਲੜਕੀ ਦਾ ਵੀਜ਼ਾ ਲਵਾ ਦਿਓ, ਉਹ ਸਟੂਡੈਂਟ ਵੀਜ਼ਾ 'ਤੇ ਚਲੀ ਗਈ, ਉਸ ਤੋਂ ਬਾਅਦ ਵੀ ਮਤਲਬ ਲੜਕੀ ਨੂੰ ਲੈ ਜਾਊਗੀ, ਮਤਲਬ ਸ਼ਾਦੀ ਕਰ ਦਿਓ, ਅਤੇ ਪਹਿਲਾਂ ਲੜਕੀ ਦਾ ਸਟੂਡੈਂਟ ਵੀਜ਼ਾ ਲਵਾ ਲਓ, ਉਸ ਤੋਂ ਬਾਅਦ ਆਪਾਂ ਲੜਕੇ ਦਾ ਅਪਲਾਈ ਕਰ ਦਾਂਗੇ, ਵੀ ਪਹਿਲਾਂ ਲੜਕੀ ਨੂੰ ਜਾਣ ਦਿਓ, ਵੀ ਇਕੱਠੇ ਨਾ ਲਵਾਇਓ। ਸਰ ਜੀ, ਆਪਣੀ ਆਪਣੀ ਸੋਚ ਹੈ, ਆਪਣੀ ਆਪਣੀ ਆਪਣੇ ਆਪਣੇ ਵਿਚਾਰ ਹੈ, ਆਪਣਾ ਆਪਣਾ ਐਕਸਪੀਰੀਅੰਸ ਹੈ, ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਅਗਰ ਜੇ ਲੜਕੀ ਵੀਜ਼ਾ ਲਗਵਾ ਕੇ ਚਲੀ ਗਈ, ਲੈਟਸ ਸੇ ਕਿ ਵੀਜ਼ਾ ਲੱਗ ਗਿਆ, ਉਹਦੇ ਬਾਅਦ ਮੈਰਿਜ ਕਰਕੇ ਚਲੀ ਗਈ, ਤਾਂ ਫਿਰ ਹਸਬੈਂਡ ਵਾਈਫ ਨੂੰ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਤਾਂ ਮਿਲੇਗਾ ਹੀ ਨਹੀਂ। ਸਹੀ ਹੈ, ਸਹੀ ਹੈ। ਤੁਸੀਂ ਆਪ ਸੋਚੋ
ਤੁਸੀਂ ਆਪ ਸੋਚੋ ਕਿ ਵੀ ਹਸਬੈਂਡ ਵਾਈਫ ਨੂੰ ਇੱਕ ਦੂਜੇ ਦੇ ਬਾਰੇ ਜਾਣਨ ਦਾ ਨਾ ਕੋਈ ਮੌਕਾ ਮਿਲਿਆ ਨਾ ਕੋਈ ਸੰਯੋਗ ਮਿਲਿਆ, ਅਤੇ ਫਿਰ ਇਹ ਕਿੱਦਾਂ ਤੁਸੀਂ ਕਾਗਜ਼ 'ਤੇ ਜਦ ਪੇਸ਼ ਕਰੋਗੇ ਕਿ ਬਈ ਆਈ ਲਵ ਯੂ, ਮੈਂ ਅਸੀਂ ਇੱਕ ਦੂਜੇ ਨਾਲ ਖੜੇ ਹਾਂ ਜੀ, ਇੱਕ ਦੂਜੇ ਨਾਲ ਕਮਿਟਮੈਂਟ ਹੈ, ਉਹਦੇ ਦਾ ਕਿੱਦਾਂ ਤੁਸੀਂ ਗੱਲਾਂ ਕਰੋਗੇ ਫਿਰ? ਇਹ ਤੇ ਅਗਰ ਵੀਜ਼ਾ ਆਫਿਸਰ ਦੇਖਦਾ ਹੈ ਤੇ ਸਾਫ ਹੀ ਹੈ। ਅੱਜ ਕੱਲ ਜਿਹੜੇ ਕੈਨੇਡੀਅਨ ਹਾਈ ਕਮਿਸ਼ਨ ਜਿਹੜੇ ਵੀਜ਼ਾ ਆਫਿਸਰ ਜਿਹੜੇ ਬੈਠੇ ਆ, ਕਿਉਂਕਿ ਪੰਜਾਬ ਦੇ ਇੱਕ ਲਹਿਰ ਚੱਲੀ ਹੈ ਕਿ ਵੀ ਸਪਾਊਸ ਵੀਜ਼ਾ ਆ ਰਿਹਾ, ਉਹਨਾਂ ਨੂੰ ਪਤਾ ਹੈ ਕਿ ਕੁਝ ਕੇਸ ਹੈ ਜਿਹੜੇ ਜੈਨੂਇਨ ਹੈ, ਕੁਝ ਕੇਸਿਸ ਹੈ ਜਿਹੜੇ ਜਿਹੜੇ ਆਪਸ 'ਚ ਜਿਹੜੇ ਟੈਂਪਰੇਰੀ ਫੇਸ ਵਾਲੇ ਹੈ, ਕੁਝ ਕੇਸਿਸ ਹੈ ਜਿਹੜੇ ਜਿਹਦੇ ਵਿੱਚ ਡੀਲਿੰਗ ਹੋ ਰਹੀ ਹੈ ਕੁਝ, ਉਹਨਾਂ ਨੂੰ ਸਾਰਾ ਪਤਾ ਹੈ। ਅਤੇ ਬਾਕੀ ਅਗਰ ਜੇ ਸ਼ੱਕ ਹੋਏਗਾ ਤਾਂ ਤੁਹਾਨੂੰ ਇੰਟਰਵਿਊ ਲਈ ਬੁਲਾਉਣਗੇ, ਇੰਟਰਵਿਊ 'ਚ ਜੋ ਮਰਜ਼ੀ ਉਹਨਾਂ ਦੇ ਸਵਾਲ ਹੈ ਪੁੱਛਣਗੇ, ਅਤੇ ਨਹੀਂ ਸੈਟਿਸਫਾਈਡ ਤੁਹਾਨੂੰ ਵਾਪਸ ਕਰ ਦੇਣਗੇ, ਰਿਫਿਊਜ਼ ਹੋ ਗਏ ਤਾਂ ਫਿਰ ਕੀ ਕਰੋਗੇ? ਓਕੇ ਮੇਰੀ ਮੇਰੀ ਸਲਾਹ ਸਿਰਫ ਇੰਨੀ ਹੈ, ਤੁਸੀਂ ਮਤਲਬ ਰਿਫਿਊਜ਼ ਹੋ ਜਾਂਦਾ ਹੈ ਹਸਬੰਡ ਵਾਈਫ ਜੀ। ਆਮ ਸੋਰੀ, ਤੁਸੀਂ ਬੋਲੋ, ਆਪਣਾ ਸਵਾਲ ਬੋਲੋ। ਆਮ ਸੋਰੀ, ਗੋ ਅਹੈਡ ਬੋਲੋ। ਵੀ ਇੱਕ ਵਾਰ ਸਰ ਹਸਬੰਡ ਵਾਈਫ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਤਾਂ ਫਿਰ ਮਤਲਬ ਕੋਈ ਬੈਨ ਲੱਗ ਜਾਂਦਾ ਉਹਨਾਂ ਦੇ, ਵੀ ਅਪਲਾਈ ਨਹੀਂ ਕਰ ਸਕਦੇ ਦੁਬਾਰੇ? ਸਵਾਲ ਤੁਹਾਡਾ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ। ਰਿਫਿਊਜ਼ਲ ਹੋਣਾ ਕੁਛ ਹੋਰ ਚੀਜ਼ ਹੈ, ਬੈਨ ਹੋਣਾ ਕੁਛ ਹੋਰ ਚੀਜ਼ ਹੈ। ਕਈ ਵਾਰ ਉਹ, ਆਪਾਂ ਇਸ ਵਕਤ ਬੈਨ ਦੇ ਬਾਰੇ ਗੱਲ ਨਾ ਕਰੀਏ ਕਿਉਂਕਿ ਬੈਨ ਦਾ ਲੰਬਾ ਟੌਪਿਕ ਡਿਸਕਸ਼ਨ ਹੋਣਾ। ਬੈਨ ਅਗਰ ਹੋ ਗਿਆ, ਮਿਸਰੈਪ੍ਰੈਜੈਂਟੇਸ਼ਨ ਹੁੰਦਾ ਹੈ, ਸੈਕਸ਼ਨ 40 ਤੋਂ ਬੈਨ ਕਰ ਦਿੰਦੇ ਕਈ ਵਾਰ ਕਿਉਂਕਿ ਰੋਂਗ ਇਨਫੋਰਮੇਸ਼ਨ ਜਾਂ ਮਿਸਇਨਫੋਰਮੇਸ਼ਨ ਤੋਂ, ਉਹ ਫਿਰ 5 ਸਾਲ ਲਈ ਤੁਸੀਂ ਕੁਛ ਨਹੀਂ ਕਰ ਸਕਦੇ। ਲੇਕਿਨ ਅਗਰ ਸਿੰਪਲ ਰਿਫਿਊਜ਼ਲ ਹੈ, ਸਿੰਪਲ ਰਿਫਿਊਜ਼ਲ ਵਿੱਚ ਕੋਈ ਮਨਾਹੀ ਨਹੀਂ, ਤੁਸੀਂ ਸਿੰਪਲ ਰਿਫਿਊਜ਼ਲ ਨੂੰ ਲੈ ਕੇ ਤੁਸੀਂ ਦੁਬਾਰਾ ਵੀ ਕਰੋ, ਦੁਬਾਰਾ ਕਰੋ, ਉਹਨਾਂ ਨੂੰ ਕੋਈ ਫਰਕ ਨਹੀਂ। ਉਹਨਾਂ ਨੇ ਤਾਂ ਫੀਸ ਲੈਣੀ ਹੈ, $255 ਫੀਸ ਲੱਗਦੀ ਹੈ, ਉਹਨਾਂ ਨੇ ਫੀਸ ਲਈ ਜਾਣੀ। ਅਗਰ ਸਰ ਤੁਹਾਡੇ ਥਰੂ ਅਪਲਾਈ ਕਰਾਣੇ ਆ ਤੇ ਮਤਲਬ 6 ਮੰਥ ਹੋ ਗਏ ਮੈਰਿਜ ਨੂੰ, ਤਾਂ ਕਿੰਨੇ ਕੁ ਪਰਸੈਂਟ ਚਾਂਸਸ ਨੇ ਵੀ ਵੀਜ਼ਾ ਲੱਗਣਾ ਹੀ ਲੱਗਣਾ ਓਪਨ ਸਪਾਊਸ? ਸਰ ਜੀ, ਪਹਿਲੀ ਗੱਲ ਇਹ ਹੈ ਕਿ ਜਿਹੜੇ ਪਰਸੈਂਟੇਜ ਆਫ ਚਾਂਸਸ ਦਾ ਗੇਮ ਹੈ ਨਾ, ਮੈਂ ਨਹੀਂ ਖੇਡਦਾ, ਕਿਉਂਕਿ ਪਰਸੈਂਟੇਜ ਆਫ ਚਾਂਸਸ ਨਾ ਕਿਸੇ ਕੰਸਲਟੈਂਟ ਨੂੰ ਪਤਾ ਨਾ ਕੋਈ ਲਾਇਰ ਨੂੰ ਪਤਾ, ਕਿਉਂਕਿ ਅਸੀਂ, ਸਾਡੇ ਕੋਲ ਕੋਈ ਬੈਰੋਮੀਟਰ ਤੇ ਹੈ ਨਹੀਂ ਕਿ ਵੀ ਪਰਸੈਂਟੇਜ ਜੀ 99 ਹੋ ਗਿਆ ਜੀ, 98% ਹੋ ਗਿਆ, 97%। ਇਹ ਸਾਰੀ ਦੁਕਾਨਦਾਰੀ ਦੀ ਗੱਲਾਂ ਨੇ ਕਿ ਵੀ 99% ਲੱਗ ਜਾਏਗਾ। ਮੈਂ ਪਰਸੈਂਟੇਜ ਦਾ ਗੇਮ ਨਾ ਕਦੀ ਖੇਡਿਆ ਹੈ, ਨਾ ਕਦੀ ਖੇਡਾਂਗੇ। ਇੱਥੇ ਕੈਨੇਡਾ ਵਿੱਚ ਕੋਈ ਵੀ ਵਕੀਲ ਤੁਹਾਨੂੰ ਪਰਸੈਂਟੇਜ ਨਹੀਂ ਦੇ ਸਕਦਾ, ਨੰਬਰ 1। ਦੂਸਰਾ, ਲੋਇਰਸ ਤੇ ICCRC ਕੰਸਲਟੈਂਟ ਦਾ ਕੰਮ ਇੰਨਾ ਹੀ ਹੁੰਦਾ ਕਿ ਵੀ ਉਹਨੂੰ ਵਧੀਆ ਤਰੀਕੇ ਨਾਲ ਜਿਹੜੇ ਕਾਨੂੰਨੀ ਤੱਤ ਦੇਖ ਕਰ ਉਹਨਾਂ ਨੂੰ ਪੇਸ਼ ਕਰਕੇ ਕੀਤਾ ਜਾਏ, ਸਬਮਿਟ ਕੀਤਾ ਜਾਏ, ਬਸ ਇਹੀ ਸਾਡਾ ਕੰਮ ਹੈ। ਅਗਰ ਕੋਈ ਰਿਫਿਊਜ਼ਲ ਹੁੰਦੀ ਹੈ, ਅਗਰ ਕੋਈ ਓਬਜੈਕਸ਼ਨ ਹੁੰਦਾ ਹੈ, ਤੇ ਉਸ ਚੀਜ਼ ਨੂੰ ਕਿੱਦਾਂ ਉਹਨੂੰ ਟੈਕਲ ਕਰਨਾ, ਇਹ ਤੀਸਰਾ ਕੰਮ ਹੈ ਸਾਡਾ। ਸੋ ਇਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਕਿ ਵੀ ਕਿੰਨਾ ਪਰਸੈਂਟ ਚਾਂਸ ਹੈ ਨਹੀਂ ਹੈ। ਜਦ ਕੇਸ ਸਾਹਮਣੇ ਆਏਗਾ, ਜਦ ਡਾਕੂਮੈਂਟ ਸਾਰੇ ਇਕੱਠੇ ਹੋਣਗੇ, ਮੈਂ ਤੁਹਾਨੂੰ ਆਪਣੇ ਵੱਲੋਂ, ਮੇਰਾ ਜੋ ਐਕਸਪੀਰੀਅੰਸ ਹੈ, ਜੋ ਸਪਾਊਸ ਕੇਸਿਸ ਲਾਉਣ ਵਾਲਾ, ਮੇਰੇ ਕੋਲ ਕਈ ਮਤਲਬ ਦਰਜਨੋਂ ਕੇਸ ਲੱਗੇ ਹੋਏ ਆ ਸਪਾਊਸ ਕੇਸ, ਜਿਹਨਾਂ ਨੇ ਲੱਗੇ ਉਹਨਾਂ ਨੂੰ ਪਤਾ ਹੈ, ਅਤੇ ਜੋ ਮੇਰਾ ਐਕਸਪੀਰੀਅੰਸ ਹੈ, ਉਸ ਐਕਸਪੀਰੀਅੰਸ ਨੂੰ ਲੈ ਕੇ ਤੁਹਾਨੂੰ ਮੈਂ ਦੱਸ ਦਿਆਂਗਾ ਕਿ ਵੀ ਹਾਂ ਵੀ ਤੁਹਾਡੇ ਕੇਸ ਵਿੱਚ ਆਹ ਕਮੀ ਪੇਸ਼ੀ ਮੈਨੂੰ ਲੱਗ ਰਹੀ ਹੈ, ਇਸ ਚੀਜ਼ ਨੂੰ ਆਪਾਂ ਠੀਕ ਕਰਨਾ ਚਾਹੀਦਾ, ਫਿਰ ਆਪਾਂ ਕੇਸ ਲਾਵਾਂਗੇ, ਅਦਰਵਾਈਜ਼ ਕੇਸ ਨੂੰ ਅੱਗੇ ਤੋੜਨ ਦੀ ਲੋੜ ਨਹੀਂ ਹੈ, ਇਹ ਮੈਂ ਤੁਹਾਨੂੰ ਦੱਸ ਦਿਆਂਗਾ। ਠੀਕ ਹੈ। ਤੇ ਇੱਕ ਸਰ, ਮੰਨ ਲਓ ਸਟੂਡੈਂਟ ਜਾਂਦਾ ਸਪਤੰਬਰ ਇਨਟੇਕ 'ਚ ਸਟੂਡੈਂਟ ਜਾਂਦਾ, ਠੀਕ ਹੈ, ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਉੱਥੇ ਗਵਰਨਮੈਂਟ ਮਤਲਬ ਚੇਂਜ ਹੋ ਗਈ, ਤੇ ਗਵਰਨਮੈਂਟ ਚੇਂਜ ਹੋਣ ਨਾਲ ਸਟੂਡੈਂਟ ਪਾਲਿਸੀ ਵੀ ਚੇਂਜ ਹੋ ਜਾਂਦੀਆਂ ਨੇ ਕੈਨੇਡਾ 'ਚ, ਜਾਂ ਉਹ ਮਤਲਬ ਪਹਿਲਾਂ ਜੇ ਸੇਮ ਰਹਿੰਦੀਆਂ ਨੇ? ਉਹ ਸਰ ਜੀ, ਇਹ ਕੋਈ ਭਾਜਪਾ ਰੂਲ ਥੋੜ੍ਹੀ ਹੈ, ਕੋਈ ਕਾਂਗਰਸ ਰੂਲ ਹੈ ਕਿ ਜੀ ਤਖਤਾ ਪਲਟ ਹੋ ਗਿਆ ਜੀ, ਸਾਰੇ ਕਾਨੂੰਨ ਚੇਂਜ ਹੋ ਗਿਆ, ਇੱਦਾਂ ਕੁਛ। ਇਹ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਕਾਨੂੰਨ ਬਣੇ ਹੋਏ ਆ, ਇਹ ਸਾਲੋਂ ਸਾਲ ਚੱਲ ਰਹੇ ਹੈ, ਇਹ ਸਿਰਫ ਪ੍ਰਾਈਮ ਮਿਨਿਸਟਰ ਚੇਂਜ ਹੋਣਗੇ, ਰੂਲ ਚੇਂਜ ਨਹੀਂ ਹੁੰਦੇ। ਰੂਲਸ ਵਿੱਚ ਤਬਦੀਲੀਆਂ ਹੁੰਦੀਆਂ ਹਰੇਕ ਕੁਛ ਕੁਛ ਮਹੀਨੇ ਬਾਅਦ, ਕੁਛ ਨਾ ਕੁਛ ਮੋਡੀਫਿਕੇਸ਼ਨ ਹੁੰਦੇ ਆ, ਪਰ ਇਹ ਨਹੀਂ ਹੋਣਾ ਕਿ ਪੂਰਾ ਪੂਰਾ ਜੀ ਪੂਰਾ ਸਿਸਟਮ ਹੀ ਪਲਟ ਹੋ ਗਿਆ ਜੀ, ਹੁਣ ਦੇ ਸਟੂਡੈਂਟ ਵੀਜ਼ਾ ਸਪਾਊਸ ਵੀਜ਼ਾ ਬੰਦ ਹੋ ਗਿਆ, ਇਹ ਨਹੀਂ ਹੋਣਾ। ਵੀ ਅਗਰ ਕੋਈ ਸਪਾਊਸ ਸਪਤੰਬਰ ਦੇ ਵਿੱਚ ਚਲਾ ਜਾਂਦਾ, ਮਤਲਬ ਸਪਤੰਬਰ ਇਨਟੇਕ 'ਚ ਚਲਾ ਜਾਂਦਾ, ਤਾਂ ਏਦਾਂ ਨਹੀਂ ਹੈਗਾ ਵੀ ਉਹਦਾ ਵੀਜ਼ਾ ਮਤਲਬ ਡੂਰੇਸ਼ਨ ਘੱਟ ਜਾਣੀ ਹੈ ਜਾਂ PR ਦੇ ਚਾਂਸ ਘੱਟ ਜਾਣਗੇ, ਹਨਾ? ਇਸ ਤਰ੍ਹਾਂ ਦਾ ਕੋਈ ਡਰਾਸਟਿਕ ਡੋਮੈਟਿਕ ਚੇਂਜ ਵਾਲਾ ਆਉਣ ਦੀ ਕੋਈ ਉਮੀਦ ਨਹੀਂ ਹੈ, ਇਸ ਤਰ੍ਹਾਂ ਆਉਂਦਾ ਵੀ ਨਹੀਂ ਹੈ। ਹਾਂ, ਸਖਤਾਈਆਂ ਹੋ ਰਹੀ ਹੈ, ਸਖਤਾਈਆਂ ਤੇ ਚਲਦੀ ਰਹਿਣਗੀ ਕੁਛ ਨਾ ਕੁਛ ਉਹਦੇ ਵਿੱਚ ਟਾਈਟ, ਜਿਸ ਤਰ੍ਹਾਂ ਹੁਣ GIC ਹੋ ਗਿਆ ਚੇਂਜ, ਸਟੂਡੈਂਟ ਵੀਜ਼ਾ ਦਾ ਕੁਛ ਹੋ ਗਿਆ, STS ਫਲਾਣਾ, ਉਹ ਸਾਰੀ ਗੱਲਾਂ ਚਲਦੀ ਰਹਿੰਦੀ ਆ। ਪਰ ਇਮੀਡੀਏਟਲੀ ਜੇ ਤੁਸੀਂ ਕਹੋ ਕਿ ਸਪਾਊਸ ਵੀਜ਼ਾ ਹੀ ਬੰਦ ਹੋ ਜਾਏਗਾ ਜੀ, ਕੁਛ ਹੋ ਜਾਏਗਾ, ਇਸ ਤਰ੍ਹਾਂ ਦੀ
ਆਈ ਡਾਊਟ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਹੋਣ ਵਾਲੀ ਹੈ। ਓਕੇ ਨੰਬਰ ਸਰ, ਅਗਰ ਇਨਟੇਕ ਲਈ ਆਪਾਂ ਅਪਲਾਈ ਕਰਨਾ ਤਾਂ ਆਪਾਂ ਨੂੰ ਜੁਲਾਈ ਦੇ ਵਿੱਚ ਮੈਰਿਜ, ਜੇਕਰ ਉਸ ਤੋਂ ਮਹੀਨਾ ਇਕੱਠੇ ਰਹਿ ਕੇ ਵੀਜ਼ਾ ਵਗੈਰਾ ਅਪਲਾਈ ਕਰਨਾ ਠੀਕ ਹੈ ਜਾਂ ਜਨਵਰੀ ਠੀਕ ਹੈ? ਦੇਖੋ ਮੈਂ ਤੁਹਾਨੂੰ ਪਹਿਲਾਂ ਇਹਦੇ ਬਾਰੇ ਜਵਾਬ ਪਹਿਲਾਂ ਵੀ ਦੇ ਚੁੱਕਿਆ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਟਾਈਮ ਘੱਟ ਹੈ ਹਸਬੈਂਡ ਵਾਈਫ ਦਾ ਰਹਿਣ ਦਾ, ਤਾਂ ਤੁਸੀਂ, ਮੈਂ ਤੁਹਾਨੂੰ ਦੱਸਿਆ ਕਿ ਮਿਨੀਮਮ, ਨਾਟ ਲਾਈਕ ਮਿਨੀਮਮ, ਐਸ ਮਚ ਐਸ ਪਾਸਿਬਲ, ਮਿਨੀਮਮ 5-6 ਮਹੀਨੇ ਤਾਂ ਹਸਬੈਂਡ ਵਾਈਫ ਨੂੰ ਇਕੱਠੇ ਰਹਿਣ ਦਿਓ, ਫਿਰ ਕਰੋ। ਅਗਰ ਜੇ ਤੁਹਾਨੂੰ ਲੱਗਦਾ ਕਿ ਸਤੰਬਰ ਅਰਲੀ ਹੈ ਤਾਂ ਸਤੰਬਰ ਨੂੰ ਛੱਡ ਕੇ ਜਨਵਰੀ ਕਰੋ। ਉਹਨਾਂ ਦੀ ਤੁਸੀਂ ਪਹਿਲਾਂ ਮੈਰਿਜ ਕਰੋ, ਮੈਰਿਜ ਕਰਕੇ ਇੱਕ ਦੂਜੇ ਨੂੰ ਜਾਣਨ ਦੀ ਪਹਿਲਾਂ ਉਹਨਾਂ ਨੂੰ ਇੱਕ ਓਪਰਚੁਨਿਟੀ ਦਿਓ, ਮੌਕਾ ਦਿਓ ਇੱਕ ਦੂਜੇ ਨਾਲ ਇਕੱਠੇ ਰਹਿਣ ਦਾ, ਫਿਰ ਜਾ ਕੇ ਕੁੜੀ ਦਾ ਜੋ ਕਰਨਾ ਹੈ ਕਰੋ, ਭਾਵੇਂ ਜਨਵਰੀ ਹੋ ਜਾਏ। ਇਹ ਪੋਸਟ ਸਟੱਡੀ ਸਰ, ਵਰਕ ਪਰਮਿਟ ਕਿੰਨਾ ਮਿਲਦਾ ਸਟੂਡੈਂਟ ਨੂੰ? ਜੇ ਅਗਰ ਨਰਸਿੰਗ ਦੀ ਡਿਗਰੀ ਕਰਦਾ ਸਟੂਡੈਂਟ, 4 ਸਾਲ ਦੀ ਡਿਗਰੀ ਕਰਦਾ, ਤਾਂ ਪੋਸਟ ਸਟੱਡੀ ਵਰਕ ਪਰਮਿਟ ਕਿੰਨੇ ਸਾਲ ਦਾ ਹੁੰਦਾ? ਸਰ ਜੀ ਉਹਦਾ ਜਵਾਬ ਵੀ ਮੈਂ ਤੁਹਾਨੂੰ ਦੇ ਦਿਆਂਗਾ, ਲੇਕਿਨ ਜਿਨ੍ਹਾਂ ਦੇ ਥਰੂ, ਕੰਸਲਟੈਂਟ ਦੇ ਥਰੂ, ਅਗਰ ਜੇ ਕਰ ਰਹੇ ਹੋ, ਆਪਣੇ ਆਪ ਕਰ ਰਹੇ ਹੋ, ਕਿਸੇ ਕੰਸਲਟੈਂਟ ਦੇ ਥਰੂ ਕਰ ਰਹੇ ਹੋ? ਇੱਥੋਂ ਸਰ ਅਸੀਂ ਜਸਟ ਆਇਲਸ ਕਰਾਵਾਂਗੇ, ਜੋ ਵੀ ਕਰਵਾਉਣਾ ਤੁਹਾਡੇ ਥਰੂ ਕਰਵਾਉਣਾ। ਨਹੀਂ, ਸਟੂਡੈਂਟ ਵੀਜ਼ਾ ਤਾਂ ਮੈਂ ਹੈਂਡਲ ਨਹੀਂ ਕਰਦਾ ਸਰ ਜੀ, ਪਹਿਲੀ ਗੱਲ ਤਾਂ ਇਹ, ਸਟੂਡੈਂਟ ਵੀਜ਼ਾ ਮੈਂ ਕਿਸੇ ਦਾ ਮੈਂ ਲਾਇਆ ਨਹੀਂ ਅੱਜ ਤੱਕ, ਜਦ ਤੱਕ ਉਹ ਮੈਂ ਸਿਰਫ ਰਿਫਿਊਜ਼ਲ ਕੇਸਿਸ ਵੀ ਡੀਲ ਕਰਦਾ, ਜੋ ਵੀ ਭਾਵੇਂ ਟੂਰਿਸਟ ਵੀਜ਼ਾ ਹੋ ਜਾਂ ਸਟੱਡੀ ਵੀਜ਼ਾ ਹੋ, ਲੇਕਿਨ ਹਾਂ ਸਪਾਊਸ ਵੀਜ਼ਾ ਮੈਂ ਡਾਇਰੈਕਟਲੀ ਲਾ ਰਿਹਾ ਫਰੈਸ਼। ਜੋ ਵੀ ਕੰਸਲਟੈਂਟ ਵਾਲਾ ਤੁਹਾਡੀ ਜਿਹੜੀ ਸਟੱਡੀ ਵੀਜ਼ਾ ਕਰੇਗਾ, ਉਹ ਤਾਂ ਉਹਨਾਂ ਨੂੰ ਪਤਾ ਹੁੰਦਾ ਹੈ, ਤੁਹਾਨੂੰ ਤੁਹਾਡੇ ਬੈਨੀਫਿਟ ਲਈ ਮੈਂ ਦੱਸ ਦਿਆਂ ਕਿ ਅਗਰ ਉਹ 2 ਸਾਲ ਦੀ ਪੜ੍ਹਾਈ ਕਰੇਗੀ ਤਾਂ 3 ਸਾਲ ਦਾ ਵਰਕ ਪਰਮਿਟ ਉਹਨੂੰ ਮਿਲ ਜਾਏਗਾ। ਨਹੀਂ ਆਪਣਾ 2 ਸਾਲ ਦਾ ਸਰ ਡਿਪਲੋਮਾ ਕੋਰਸਿਸ ਹੁੰਦੇ ਨੇ, ਫਿਰ ਉਹਦੇ ਪੀਆਰ ਦੇ ਚਾਂਸਿਸ ਪੀਆਰ ਡਿਪਲੋਮਾ ਕੋਰਸ ਚ ਮਿਲ ਜਾਏਗਾ। ਡਿਪਲੋਮਾ ਹੋ ਜਾਂ ਡਿਗਰੀ ਹੋ, ਇਟ ਡਸ ਨਾਟ ਮੈਟਰ ਫੋਰ ਪੀਆਰ। ਗੱਲ ਇਹ ਹੈ ਕਿ ਉਹਨੂੰ ਵਰਕ ਪਰਮਿਟ ਮਿਲ ਕੇ ਉਹਦੇ ਕੋਲ ਐਕਸਪੀਰੀਅੰਸ ਹੈ ਕਿ ਨਹੀਂ ਹੈ, ਇਹ ਗੱਲ ਹੈ। ਜੋਬ ਆਫਰ ਮਿਲਦਾ ਨਹੀਂ ਮਿਲਦਾ, ਉਹ ਜ਼ਿਆਦਾ ਫੈਕਟਰ ਡਿਪੈਂਡਿੰਗ ਕਰਦਾ, ਨਾ ਕਿ ਡਿਪਲੋਮਾ ਜਾਂ ਡਿਗਰੀ। ਅਗਰ ਡਿਗਰੀ ਦੇ ਵਿੱਚ ਸਰ ਅਗਰ ਬੰਦਾ ਕੋਈ ਜਾਂਦਾ ਤਾਂ ਡਿਗਰੀ ਦੇ ਐਕਸਪ੍ਰੈਸ ਐਂਟਰੀ 'ਚ ਵੱਧ ਪੁਆਇੰਟਸ ਹੁੰਦੇ ਨੇ, ਡਿਪਲੋਮੇ ਦੇ ਘੱਟ ਹੁੰਦੇ ਨੇ, ਇੱਦਾਂ ਦਾ ਹੈ ਕੁਛ? ਐਕਸਪ੍ਰੈਸ ਐਂਟਰੀ ਇੱਕ ਵੱਖਰੀ ਚੀਜ਼ ਹੈ। ਐਕਸਪ੍ਰੈਸ ਐਂਟਰੀ ਦੇ ਇਲਾਵਾ ਵੀ ਕਈ ਸਟੂਡੈਂਟ, ਬਹੁਤੇ ਸਟੂਡੈਂਟ ਹੈ, ਉਹਨਾਂ ਨੂੰ ਐਕਸਪ੍ਰੈਸ ਐਂਟਰੀ ਲੋਕ ਉੱਥੇ ਤੱਕ ਜਾਣ ਦੀ ਲੋੜ ਹੀ ਨਹੀਂ ਪੈਂਦੀ, ਉਹ ਨੋਮੀਨੇਸ਼ਨ ਹੋ ਜਾਂਦਾ। ਕਈ ਪ੍ਰੋਵਿੰਸ ਕੋਲ ਨੋਮੀਨੇਸ਼ਨ ਹੈ ਸਟੂਡੈਂਟ ਦਾ ਲਈ, ਨੋਮੀਨੇਸ਼ਨ ਹੋ ਜਾਏਗਾ। ਸੋ ਐਕਸਪ੍ਰੈਸ ਐਂਟਰੀ ਦੀ ਰਿਕੁਆਇਰਮੈਂਟ ਕੁਛ ਕੁਛ ਹੋਰ ਹੈ, ਨੋਮੀਨੇਸ਼ਨ ਰਿਕੁਆਇਰਮੈਂਟ ਕੁਛ ਹੋਰ ਹੈ। ਸੋ ਐਕਸਪ੍ਰੈਸ ਐਂਟਰੀ ਮੈਂ ਨਹੀਂ ਸਮਝਦਾ ਕਿ ਜਿਹੜਾ ਫਰੈਸ਼ ਸਟੂਡੈਂਟ ਹੈ ਉਹ ਐਕਸਪ੍ਰੈਸ ਐਂਟਰੀ ਲਈ ਕੁਆਲੀਫਾਈ ਕਰੇਗਾ, ਅਨਲੈਸ ਕਿ ਸਟੂਡੈਂਟ ਬਹੁਤ ਹੀ ਮੈਚਿਓਰ ਹੋ। ਸੋ ਦੈਟ ਇਜ਼ ਅ ਡਿਫਰੈਂਟ ਆਸਪੈਕਟ। ਹੋਰ ਕੋਈ ਸਰ ਜੀ ਇਸ਼ੂ, ਹੋਰ ਕੋਈ ਸਵਾਲ ਮੇਰੇ ਹੁਕਮ ਕੋਈ? ਥੈਂਕਸ ਲੋਟ ਸਰ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਵਧੀਆ ਗਾਈਡ ਕੀਤਾ, ਥੈਂਕ ਯੂ ਵੈਰੀ ਮੱਚ। ਤੇ ਟਾਈਮ ਬਹੁਤ ਹੋ ਗਿਆ ਇੰਡੀਆ ਇਸ ਵਕਤ, 12:30 ਵਜਣੇ, ਰਾਤ ਸੌਣਾ ਨਹੀਂ ਤੁਸੀਂ ਫਿਰ? ਲੱਗੇ ਸਰ ਸੌਣ ਲੱਗੇ, ਆ ਸੰਡੇ ਸੀ। ਅੱਛਾ ਸੰਡੇ ਦੀ, ਸੰਡੇ ਤਾਂ ਖਤਮ ਹੋ ਗਿਆ ਨਾ ਮੇਰੇ ਖਿਆਲ, ਮੰਡੇ ਹੋ ਗਿਆ ਇਸ਼ੂ। ਹਾਂਜੀ ਹਾਂ, ਠੀਕ ਹੈ ਠੀਕ ਹੈ। ਚਲੋ ਮੇਰਾ, ਮੇਰੀ ਮੇਰੀ ਐਡਵਾਈਸ ਦਾ ਨਿਚੋੜ ਸਿਰਫ ਇੰਨਾ ਹੀ ਹੈ ਕਿ ਐਸ ਮਚ ਐਸ ਅਰਲੀ ਐਸ ਪੋਸੀਬਲ ਦੋਨਾਂ ਦੀ ਮੈਰਿਜ ਕਰੋ, ਅਤੇ ਦੋਨਾਂ ਨੂੰ ਇਕੱਠੇ ਰਹਿਣ ਦਾ ਮੌਕਾ ਦਿਓ। ਜਦ ਉਹਨਾਂ ਨੇ ਰਹਿਣਾ ਹੈ ਤਾਂ ਉਹਨਾਂ ਦੇ ਸਬੂਤ ਇਕੱਠੇ ਕਰੋ, ਜਿਸ ਤਰ੍ਹਾਂ ਫੋਟੋਗ੍ਰਾਫਸ ਲੈ ਰਹੀ ਹੈ, ਜਿਸ ਤਰ੍ਹਾਂ ਆਪਸ 'ਚ ਪੈਨ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ, ਬੈਂਕ ਕਾਰਡ, ਇੰਸ਼ੋਰੈਂਸ ਵਾਲਾ, ਇਹ ਸਾਰੇ ਡਾਕੂਮੈਂਟ ਆਪਣੇ, ਦਸਤਾਵੇਜ਼ ਆਪਣੇ ਤਕੜੇ ਕਰੋ। ਓਕੇ ਓਕੇ, ਠੀਕ ਠੀਕ ਹੈ ਸਰ, ਬਿਲਕੁਲ ਅਕੋਰਡਿੰਗ ਅਸੀਂ ਚੱਲਣਾ। ਤੁਸੀਂ ਮਤਲਬ ਆਪਣਾ ਜੋ ਵੀ ਤੁਹਾਡੇ ਚਾਰਜਿਸ ਹੈਗੇ ਉਹ ਤੁਸੀਂ ਡਿਸਕਲੋਜ਼ ਕਰ ਦਿਓ ਮੈਨੂੰ, ਹੈ ਨਾ? ਉਹ ਮਤਲਬ ਜਿਵੇਂ ਜਿਵੇਂ ਤੁਸੀਂ ਕਹੀ ਜਾਓਗੇ ਉਵੇਂ ਆਪਾਂ ਕਰੀ ਜਾਵਾਂਗੇ, ਹੈ ਨਾ? ਯਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਥੈਂਕ ਯੂ ਸ਼ੋਰ, ਨੋ ਪ੍ਰੋਬਲਮ। ਅਤੇ ਮੇਰਾ ਇੱਕ ਉੱਥੇ ਇੱਕ ਰੈਪ੍ਰੈਜੈਂਟੇਟਿਵ ਵੀ ਹੈ ਉੱਥੇ ਲੁਧਿਆਣਾ, ਤੁਹਾਨੂੰ ਉਹਨਾਂ ਦਾ ਨੰਬਰ ਦੇਗਾ, ਤੁਸੀਂ ਉਹਨਾਂ ਨੂੰ ਜਾ ਕੇ ਵੀ ਅਗਰ ਜੇ ਮਿਲਣਾ ਹੈ ਤਾਂ ਮਿਲ ਸਕਦੇ ਹੋ। ਠੀਕ ਹੈ ਸਰ, ਠੀਕ 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 ਸੀ, ਲੁਧਿਆਣਾ ਦੇ ਰਿਪ੍ਰੈਜੈਂਟੇਟਿਵ ਤੁਹਾਡੇ? ਹਾਂ, ਮੈਂ ਤੁਹਾਨੂੰ ਤਾਂ ਟਾਈਪ ਕਰ ਦੇਗਾ ਨੰਬਰ, ਉਹਦਾ ਨੰਬਰ ਤੇ ਫੋਨ ਨੰਬਰ ਕੈਮਰਾ ਟਾਈਪ ਕਰ ਦੇਗਾ ਤੁਹਾਨੂੰ। ਓਕੇ ਸਰ, ਥੈਂਕਸ, ਥੈਂਕਸ ਅ ਲੋਟ, ਥੈਂਕ ਯੂ, ਟੇਕ ਕੇਅਰ ਬ੍ਰਦਰ, ਥੈਂਕ ਯੂ।